ਜਦੋਂ ਅਸੀਂ ਆਪਣੇ ਹੱਕ ਦੀ ਗੱਲ ਕਰਨ ਨਿਕਲਨੇ ਆ ਸੜਕਾਂ ਤੇ ਆਉਨੇ ਆ ਤੇ ਅਸੀਂ ਇਸ ਵੰਝਲੀ ਦੀ ਆਵਾਜ਼ ਨੂੰ ਨਾਲ ਲੈ ਕੇ ਆਉਨੇ ਆ ਜੇ ਆਵਾਜ਼ ਨਾਲ ਰਵੇ ਤੇ ਸਾਡੇ ਹੱਕ ਦੀ ਗੱਲ ਕੋਈ ਪੇਤਲੀ ਸ਼ੈਲੋ ਨਹੀਂ ਰਹਿੰਦੀ ਸਾਡੇ ਹੱਕ ਦੀ ਗੱਲ ਨੂੰ ਬੇਸ ਮਿਲ ਜਾਂਦੀ ਹੈ ਅੱਜ ਅਸੀਂ ਵੰਝਲੀ ਦੀ ਕਹਾਣੀ ਕਰ ਰਹੇ ਹਾਂ ਹੀਰ ਰਾਂਝੇ ਵਿੱਚ ਵੰਝਲੀ ਦਾ ਕਿਰਦਾਰ ਹੀ ਮੁੱਢਲਾ ਕਿਰਦਾਰ ਹੈ ਰਾਂਝਾ ਧੀ ਤੋਂ ਰਾਂਝਾ ਆਪਣਾ ਘਰ ਬਾਰ ਵਤਨ ਦੇ ਸਭ ਛੱਡ ਕੇ ਇੱਕ ਵੰਝਲੀ ਦੇ ਨਾਲ ਦਰਵੇਸ਼ ਹੋ ਤਖਤ ਹਜ਼ਾਰਾ ਛੱਡ ਦਿੰਦਾ ਰਾਂਝੇ ਦੀ ਕਹਾਣੀ ਇੱਕ ਮੁਸਾਫਿਰ ਆਈਡੈਂਟੀ ਦੀ ਕਹਾਣੀ ਹੈ ਅਸੀਂ ਆਪਣੇ ਹੱਕ ਮੁਖਤਲਿਫ ਆਈਡੈਂਟੀਜ਼ ਦੇ ਨਾਲ ਬੰਨ ਕੇ ਰੱਖੇ ਨੇ ਪਹਿਲੇ ਅਸੀਂ ਆਪਣੀ ਇੱਕ ਪਛਾਣ ਬਣਾਉਂਦੇ ਹਾਂ ਅਤੇ ਫਿਰ ਉਸ ਪਛਾਣ ਨਾਲ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਹਾਂ ਲੇਕਿਨ ਜਿਵੇਂ ਹੀ ਆਪਣੀ ਅਸੀਂ ਕੋਈ ਪਛਾਣ ਬਣਾਉਂਦੇ ਹਾਂ ਉਹਦੀ ਇੱਕ ਪੁੱਠ ਬਣ ਜਾਂਦੀ ਹੈ ਇੱਕ ਉਲਟ ਪਛਾਣ ਸਾਨੂੰ ਉਹ ਰੁਕਾਵਟਾਂ ਅੜੇਕੇ ਰੋਕਾਂ ਸਾਹਮਣੇ ਆ ਖਲੋਂਦੀਆਂ ਨੇ ਵੰਝਲੀ ਕਿਹਨੂੰ ਚੈਲੰਜ ਕਰਦੀ ਹੈ ਵੰਝਲੀ ਦੇ ਨਾਲ ਆਈਡੈਂਟੀਫਾਈ ਕਰਨਾ ਕੀ ਹੈ ਅਸੀਂ ਆਪਣੀ ਕਿਹੜੀ ਪਛਾਣ ਬਣਾ ਰਹੇ ਹਾਂ ਔਰ ਉਸ ਦੀ ਰੁਕਾਵਟ ਕੀ ਹੈ ਵਾਰਸ ਸ਼ਾਹ ਹੋਰਾਂ 1760 ਵਿੱਚ ਹੀਰ ਲਿਖੀ 1760 ਵਿੱਚ ਹੈ ਹੀਰ ਲਿਖੀ ਗਈ ਮੁਗਲ ਸ਼ਾਹੀ ਦਾ ਅਖੀਰ ਜ਼ਵਾਲ ਵੇਖਿਆ ਵਾਰਸ ਸ਼ਾਹ ਨੇ ਔਰ ਇਹ ਨਵੀਂ ਹੀਰ ਦਾ ਇਮੇਜ ਉਭਰ ਕੇ ਸਾਹਮਣੇ ਆਇਆ ਹੀਰ ਰਾਂਝੇ ਦੀ ਕਹਾਣੀ ਨੂੰ ਅਸੀਂ ਕੁਝ ਫਿਲਮੀ ਅੰਦਾਜ਼ ਨਾਲ ਅੱਗੇ ਵੇਖਿਆ ਹੈ ਹੀਰਾਂ ਅਸੀਂ ਸੁਣੀਆਂ ਨੇ ਬੰਦ ਬੰਦ ਕਰਕੇ ਚਾਰ ਚਾਰ ਲਾਈਨਾਂ ਅੱਠ ਅੱਠ ਲਾਈਨਾਂ ਕਰਕੇ ਇਹ 600 ਤੇ 32 ਬੰਦ ਨੇ ਔਰ ਕਿਸੇ ਹਿਸਾਬ ਵਿੱਚ ਕੰਪੋਜ਼ ਹੋਏ ਨੇ ਇਹ ਪੂਰਾ ਇੱਕ ਕਿੱਸਾ ਹੈ ਇੱਕ ਲੰਮਾ ਕਿੱਸਾ ਜਦੋਂ ਇਹਨੂੰ ਅਸੀਂ ਆਪਣੇ ਕੋਂਟੈਕਸ ਤੋਂ ਵੱਖਰਾ ਕਰਕੇ ਗਾਉਂਦੇ ਹਾਂ ਜਾਂ ਸੁਣਦੇ ਹਾਂ ਤਾਂ ਸਾਨੂੰ ਇਹਦੀ ਪੂਰੀ ਸਮਝ ਨਹੀਂ ਲੱਗਦੀ ਸੋ ਲੋੜ ਹੈ ਕਿ ਹੌਲੀ ਹੌਲੀ ਇਹਨੂੰ ਅਸੀਂ ਇਹਦੀ ਕੰਪਲੀਟ ਸ਼ਕਲ 'ਤੇ ਕੋਈ ਖਾਕੇ ਸਾਹਮਣੇ ਆਉਣ ਅੱਜ ਵੀ ਅਸੀਂ ਇੱਕ ਛੋਟੀ ਜਿਹੀ ਐਫਰਟ ਕੀਤੀ ਹੈ ਇਸ 650 ਬੰਦਾਂ ਵਿੱਚੋਂ ਅਸੀਂ ਕੋਈ 100 ਬੰਦ ਸਿਲੈਕਟ ਕੀਤੇ ਨੇ ਅਤੇ ਕੋਸ਼ਿਸ਼ ਹੈ ਕਿ ਇਸ ਕਹਾਣੀ ਦਾ ਇੱਕ ਨਕਸ਼ਾ ਬਣ ਜਾਏ ਤਾਂ ਜਦੋਂ ਅਸੀਂ 4 ਲਾਈਨਾਂ ਸੁਣੀਏ ਅਤੇ ਉਹਦਾ ਕੋਂਟੈਕਸਟ ਸਾਡੇ ਕੋਲ ਹੋਵੇ ਅਕਸਰ ਵਾਰਿਸ ਸ਼ਾਹ ਦੀ ਲਾਈਨਾਂ ਕੋਟ ਕੀਤੀਆਂ ਜਾਂਦੀਆਂ ਨੇ ਇੱਕ ਟ੍ਰੈਡੀਸ਼ਨਲ ਰਵਾਇਤੀ ਕਮਜ਼ੋਰ ਐਸੈਂਸ ਦੇ ਨਾਲ ਔਰ ਉਹਦੀ ਵਜ੍ਹਾ ਹੈ ਵੇ ਕਿ ਸਾਨੂੰ ਇਹ ਨਹੀਂ ਪਤਾ ਕਿ ਵਾਰਿਸ ਸ਼ਾਹ ਨਹੀਂ ਕਹਿ ਰਿਹਾ ਵਾਰਿਸ ਸ਼ਾਹ ਨੇ ਤਾਂ ਥੀਏਟਰ ਲਿਖਿਆ ਉਹਦਾ ਕੋਈ ਕੈਰੈਕਟਰ ਬੋਲ ਰਿਹਾ
ਸੋ ਉਸ ਵਾਰਿਸ ਸ਼ਾਹ ਦੇ ਕਿਸੇ ਕੈਰੈਕਟਰ ਨੂੰ ਅਸੀਂ ਵਾਰਿਸ ਸ਼ਾਹ ਨਹੀਂ ਕਹਿ ਸਕਦੇ। ਇਹ ਥੋੜ੍ਹੀ ਜਿਹੀ ਬਾਰੀਕ ਫਰਕ ਕੀਤਿਆਂ ਬਗੈਰ ਸਮਝ ਨਹੀਂ ਆ ਸਕਦੀ ਕਿ ਜੋ ਲਾਈਨਾਂ ਭਾਬੀਆਂ ਬੋਲ ਰਹੀਆਂ ਨੇ ਉਹ ਤਾਂ ਮਿਹਣੇ ਨੇ ਰਾਂਝੇ ਨੂੰ, ਜੋ ਭਰਾ ਬੋਲ ਰਹੇ ਨੇ ਉਹ ਤਾਂ ਮਿਹਣੇ ਨੇ ਰਾਂਝੇ ਨੂੰ। ਅਸੀਂ ਸਮਝਦੇ ਹਾਂ ਭਾਈਆਂ ਬਾਜਨਾ ਮਹਿਫਲਾਂ ਸਜਦੀਆਂ ਨਾ, ਭਾਈਆਂ ਬਾਜ ਇਹ ਨਹੀਂ, ਭਾਈਆਂ ਬਾਜ ਉਹ ਨਹੀਂ। ਇਹ ਵਾਰਿਸ ਸ਼ਾਹ ਨਹੀਂ ਕਹਿ ਰਿਹਾ, ਇਹ ਰਾਂਝੇ ਦੇ ਉਹ ਭਰਾ ਕਹਿ ਰਹੇ ਨੇ ਜਿਹੜੇ ਕਿ ਰਾਂਝੇ ਦੇ ਵੈਰੀ ਨੇ। ਔਰ ਇਹ ਉਹਨਾਂ ਦਾ ਹੀ ਦੋਖਲਾਪਨ ਹੈ, ਜਦੋਂ ਗੈਰਤ ਦੀਆਂ ਗੱਲਾਂ ਕਰ ਰਹੇ ਨੇ ਤੇ ਉਹਦੇ ਭਰਾ ਤੇ ਉਹ ਪੰਚਾਇਤ ਹੈ ਜਿਹੜੇ ਜਿਨ੍ਹਾਂ ਪੈਂਚਾਂ ਨੇ ਇਸ ਇਸ਼ਕ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ। ਮਾਰ ਸੁੱਟਿਆ ਹੀਰ ਨੂੰ ਮਾਪਿਆਂ ਨੇ, ਇਹ ਪੇਖਣੇ ਉਸ ਖਿਆਲ ਦੇ ਨੇ। ਆਪਣੇ ਕੰਮ ਨੂੰ ਪੇਖਣਾ ਆਖਿਆ, ਪੇਖਣਾ ਥੀਏਟਰ ਸਪੈਕਟੀਕਲ, ਇਹ ਪੇਖਣੇ ਉਸ ਖਿਆਲ ਦੇ ਨੇ। ਖਿਆਲ ਉਹ ਡਰਾਮਾ ਹੈ, ਇਹ ਸੀਨ ਉਸ ਡਰਾਮੇ ਦੇ ਨੇ ਜਿਹਦੇ ਵਿੱਚ ਹੀਰ ਨੂੰ ਮਾਪਿਆਂ ਨੇ ਮਾਰ ਦਿੱਤਾ। ਬਹੁਤ ਸਾਰੀਆਂ ਗੱਲਾਂ ਇਸ ਕਿਤਾਬ ਵਿੱਚ ਉਹ ਨੇ ਜਿਹੜੀਆਂ ਜਿਨ੍ਹਾਂ ਦੀ ਸਾਨੂੰ ਅੱਜ ਲੋੜ ਹੈ, ਇਸ ਕਿਤਾਬ ਨੂੰ ਮੁੜ ਕੇ ਪੜ੍ਹਨ ਦੀ ਲੋੜ ਹੈ। ਵਾਰਿਸ ਸ਼ਾਹ ਦਾ ਕੰਟੈਂਟ, ਮੁੱਢਲੀ ਗੱਲ ਜੋ ਕਰਨਾ ਚਾਹੁੰਦੇ ਨੇ ਉਹ ਹੱਕ ਦੀ ਹੈ। ਜਦੋਂ ਹੱਕ ਦੇ ਥੋਂ ਹੱਕ ਖੁਦ ਦਾ ਜਬ ਹੱਕ ਸੇ ਹੱਕ ਖੋ ਲਿਆ ਗਿਆ, ਜਦੋਂ ਹੱਕ ਤੋਂ ਹੱਕ ਖੋ ਲਿਆ ਗਿਆ, ਵਾਰਿਸਾਂ ਨੇ ਉਦੋਂ ਇਹ ਕਿੱਸਾ ਲਿਖਿਆ। ਜਦੋਂ ਹੱਕ ਦੇ ਥੋਂ ਹੱਕ ਖੁੱਤਾ ਤਦੋਂ ਰੱਬ ਦਾ ਅਰਸ਼ ਥਰ ਥੱਲੇ ਆਈ। ਵਾਰਿਸ ਸ਼ਾਹ ਉਹਨਾਂ ਫਕੀਰਾਂ ਦੀ ਰੀਤ ਵਿੱਚੋਂ ਐ ਨੇ ਜਿਨ੍ਹਾਂ ਨੇ ਇੱਥੇ ਸੁਲਤਾਨੀ ਨੂੰ ਮੰਨਣ ਤੋਂ ਇਨਕਾਰ ਕੀਤਾ ਔਰ ਇਸ਼ਕ ਨੂੰ ਬਿਰਹਾ ਨੂੰ ਸੁਲਤਾਨ ਆਖਿਆ। ਬਾਬਾ ਫਰੀਦ, ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ। ਜਿਹੜੇ ਸੁਲਤਾਨ ਬੈਠੇ ਨੇ ਉਹਨਾਂ ਨੂੰ ਅਸੀਂ ਨਹੀਂ ਮੰਨਦੇ, ਇਸ਼ਕ ਤੂੰ ਸੁਲਤਾਨ। ਸੋ ਇਹ ਪ੍ਰੇਮ ਸ਼ਾਹੀ ਨੂੰ ਮੰਨਣ ਵਾਲੇ ਲੋਕ ਨੇ, ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ, ਇਹ ਉਸ ਵੇਲੇ ਵਿੱਚ ਨੇ ਜਿੱਥੇ ਇੱਕ ਮਜ਼ਹਬ ਦੇ ਨਾਂ 'ਤੇ ਇੱਕ ਹਾਕਮ ਮੇਲ ਨੇ ਜ਼ੁਲਮ ਦੀ ਇੰਤਹਾ ਕੀਤੀ। ਉੱਥੇ ਜਿਨ੍ਹਾਂ ਨੂੰ ਅੱਜ ਅਸੀਂ ਸਿੱਖ ਆਖਦੇ ਹਾਂ, ਇੱਕ ਹੋਰ ਮਜ਼ਹਬ ਆਖਦੇ ਹਾਂ, ਉੱਥੇ ਪ੍ਰੈਜ਼ੈਂਟ ਰਿਵੋਲਟ ਜਿਹੜਾ ਸੀ ਉਹ ਉਸ ਦੀ ਇੰਤਹਾ ਸੀ। ਔਰ ਪੰਜਾਬ ਵਿੱਚ ਮਿਸਲਾਂ ਬਣ ਰਹੀਆਂ ਸਨ ਜਿਹਦਾ ਜਿਨ੍ਹਾਂ ਦਾ ਅਖੀਰ ਰਣਜੀਤ ਸਿੰਘ ਨੇ ਜਿਨ੍ਹਾਂ ਦੀ ਤਾਕਤ ਨੂੰ ਜੋੜ ਕੇ ਅਤੇ ਤਖ਼ਤ ਬਣਾਇਆ। ਇਹ ਮਿਸਲਾਂ ਲੋਕ ਸ਼ਾਹੀ ਦਾ ਇੱਕ ਰੰਗ ਸੀ। ਉਸ ਵੇਲੇ ਇਹ ਹੀਰ ਲਿਖੀ ਗਈ, ਇੱਕ ਬਹੁਤ ਤਗੜੀ ਹੀਰ। ਇਸ 'ਤੇ ਕ੍ਰਿਟੀਕ ਵੀ ਹੈ, ਇਹ ਕੋਈ ਸਿਰਫ ਤਾਰੀਫ ਨਹੀਂ ਕੀਤੀ ਬਲਕਿ ਕ੍ਰਿਟੀਕਲੀ ਪੂਰੇ ਸਮਾਜ ਨੂੰ ਵੇਖਿਆ ਹੈ। ਸੋ ਰਾਂਝੇ ਦਾ ਇੱਕ ਸਫ਼ਰ ਹੈ। ਰਾਂਝਾ ਚੌਧਰ ਛੱਡ ਕੇ, ਸਰਦਾਰੀ ਛੱਡ ਕੇ, ਸਿੱਖਦਾਰੀ ਛੱਡ ਕੇ ਦਰਵੇਸ਼ ਹੋਇਆ ਹੈ। ਆਪਣੀ ਹਰ ਆਈਡੈਂਟੀਟੀ ਨੂੰ ਛੱਡ ਕੇ ਉਹਨੇ
एक मुसाफिर हस्ती ट्रांजिटरी हस्ती नो कबूलिया है ताकि वो क्रिटिकली वेख सके करो दीद इस जग दे पेखने नो वारशाह दी लाइन है दीद वेखने करो दीद इस जग दे थिएटर नो सब खल्क दा वेख के लो मुजरा पूरा शेर है जी कि इस खलकत नू वेखो और इहदे एनालिसिस करो नतारा करो ए की ग्रुप्स ने किवें बने हुए ने ए की वंडा ने करो सब खल्क दा वेख के लो मुजरा करो दीद इस जग दे पेखने नू ए मुकम्मल शेर है सो वारिस शाह इन्ना खूबसूरत इन्ना तगड़ा आर्ट पीस जो कि डायलॉग की फॉर्म में लिखा है उदे विचों एक सिलेक्शन असी पेश कर रहे हैं असी पहले 400 बंदा विचों सिलेक्शन की है और रांझे का सफ़र जड़ा घरों शुरू होता है मसीत ते आउंदा है फिर दरिया ते मला नाल उदा डायलॉग है फिर हीर नाल मिलता है फिर हीर दा अपने प्यो भरा माँ ते काजी नाल डायलॉग है फिर हीर दा व्याह है और व्याह दे जोरा जोरी खेड़िया नाल व्याई गई है हीर हीर सॉरी मैं थोड़ी तफसीली गल कर रही हूँ क्योंकि मन लगता तुहानू ताई स्वाद आएगा और तुसी इहनू एक नवी अख नाल वेख सकोगे सिर्फ इन्नी एफर्ट है कि तुसी कोई लेंस ना वरतो और इहनू खुले अखां दिमाग कन्नां नाल सुनो कि वारिस शाह कहिंदे की पए ने धीदो रांझा धीदो दा लफ्जी मतलब है धियां वर्गा वारिस शाह ने रिवर्सल रोल रिवर्सल दी टेक्निक वरती है की लोड़ पई ए मेजर थीम सी ओदी मर्द औरत दा ना मुक्कण वाला झगड़ा 150 बंद है दे विच सिर्फ मर्द और औरत ते डिस्कशन असी अज मर्द औरत दा हिसाब ले रहे हैं औरतां मर्दां दा हिसाब ले रही ने पर असी वेखिए वारिस शाह सानू की कह रहा है इस इशू ते वो कह रहे मर्द ते औरत दोवें दुनिया दी बनाई विहार दी बनाई हस्तियां ने इन्हां नू जिन्ना मर्जी बहस करा लो ए झगड़ा मुक्कण वाला नहीं है सो दोवां नू अपनी हस्ती छड्डनी पएगी ते पानी होना पएगा ही दा एक होर किस्सा है बड़ा साफ लफ्जां च कहिंदा है पानी ही ते रांझा मर्द और औरत नहीं मिले ना मिल सकते ने पानी डुल मिलिया पानी नू पानी डुल मिलिया पानी नू ते फिर ही ए नवी हस्ती तीजी हस्ती बनेगी कोई जिसने मेल कराना है सो ए एक मेल दी कहानी है हीर रांझा दे मिलन दी कहानी है लफज हीर दा मतलब एसेंस है जी इहदा लफ्जी मतलब हीर साड़ी तगड़ी है लड़ाक है झगड़ेल है और हर गल ते आर्ग्यू करन वाली और अपनी हक दी गल उच्ची आवाज नाल करन वाली जीए सो ए जिहड़े रोल रिवर्स कीते ने ए भी खास वारिस शाह दा मेहरबानी है साडे ते उन्हें मर्द ते आशिक दा फर्क समझाया है सानू मर्द होर है वो ए दुनिया दी बनाई हस्ती है उसने एक पोज कीता हुआ है
आकर एक ना एक गैरत बाबा नानक कहते ने नार मा पुरखा पुरख मा नार पुरख मा नार नार हर मर्द के अंदर औरत और हर औरत के अंदर एक मर्द है। असी ए वंड करके दो वक्खो वक्खे खानियां च बंद कीता है ते झगड़ा बनिया इस दे विच मर्द का किरदार वारिस शाह ने अयाली नू दिता है एक इज्जत चारण वालियां नू जिहड़ा के रांझे नू गैरत तो आंदा है और उहनू बिस्त करता है कि तू अपनी मंग नू छट के आ गया है। और फिर रांझा और मर्द आशिक ते मर्द दे इस डायलॉग विच किदी जित होंदी है तुसी वेखोगे। अज दी इस झाकी विच असी शुरू करने हैं, मेरा ख्याल है असी हुण तैयार हाँ प्ले वेखन लई हीर वारिस शाह दी एक चोण। साढ़े सारे साथी पंजाबी नाल प्यार करन वाले हाँ, असी कोई प्रोफेशनल एक्टर्स नहीं, लेकिन साढ़ा जी है कि असी इस किताब नू जिंदा करिए। आई होप यू एंजॉय द प्ले। शुक्रिया जी।
भूल गए हाँ बड़े हाँ आन बेड़े सानू बख्श लै डारिए पास्ताई हथों तेरे हो देश में छट जा सा रख हंस यारिए वास्ताई दे रात तू जुलम ते लक बधा मरे रूप सिंखारिए वास्ताई नाल हुसन दे फिरे गुमान लदी समझ मत हंकारिए रो छड़ कल भूत जो वेदा होती में ए दरवेश से धार आई रो छड़ कल भूत जो वेदा होती में ए दरवेश से धार आई पानी हजार दा कसम करके कस जंग से आला दे तार आई छठ कल भूत जो वेदा होंदाती में ए दरवेश से धार आई रिज़क ते आब उदास रांझा चलो चल ही जू पुकार आई छठ कल भूत जू विदा होंदाती में ए दरवेश से कच्छ वंजली मार के रमा होया वारिस वतन ते देश विसार आई कास्ती जी कास नाथ
बनाई के सारियां ने कन नक निमास दे हैन कितने मथे किन्ना दे धुरों है मारियां ने लम्मे कद चौड़ी के थान होंदी किस चीज दे नाल सारिया ने बरस किलिया कितनिया इसतिया ने किस नाल ए बन उतारिया ने असाफ असाफ फिका असूलू सही कीता गैर शरा मर्दूद नू मारना है असा दसने कम इबादत दे पुलसरा तो पारना है फर्ज सुनता वाजबा नफल बिदना नाल जायजा सच बिठाना है पास अल्लवे आंदी पर मुर्दियां दी नाल दुआएं दे जीवन दे मार दियो अन्ने कोड़ियां लूलियां वांग बैठे कुर्रा मरन जहां दा मार दियो शरा शरा चा सरपोश बनाया लगातार बढ़ते गुनाहगार देखो बरसा मुसाफरा आया चलो चल ही पे उतार दियो मुड़ा के ना माकूल जट्टा फजगज के रात गुजार जाई फजर होंदी तो अगे ही उठे तो सिरकज के मस्जिदों निकल जाए सिरकज के मस्जिदों निकल जाए तू जो ता खूब सुतो
Thank you.
बगला इनके फूल को लाओ मिठी जुबान दे नाल समझांदे ने जाग जोगना
चाक चोपरा नाल नकल कीजे ए मेहती केड़े खाओ दे चरखा डा के अपने घरी बैठे सुगड़ गांव की जी करता दे लाल चरखा डा की छोप पाई दे कहे सोने गीत चलाओ दे चूचक ख्याल भरी ये जान लगिया।
साख
माणियां दे खोलें डाढे अण पूज दे ओ ना बोले नी साग माणियां दे खोलें डाढे अण पूज दे ओ ना बोले नी नहीं चलदा वस लाचार होके नहीं चलदा बस लाचार होके मोए सप मांगू विस गोल देनी कदी आते मारी आप मरिए कदी आते मारी आप मरिए
रब्बा मेल तू चिरी वे छूने Oh.
ਛੈਲ ਮੁੰਡਾ ਕੋਈ ਹੁਸਨ ਦੀ ਖਾਨ ਹੁਸ਼ਨਾਕ ਸੁੰਦਰ ਅਤੇ ਲਾਡਲਾ ਮਾਂ ਅਤੇ ਬਾਪ ਸੰਦਾ ਕਿਸੇ ਦੁੱਖ ਤੋਂ ਉੱਠ ਕੇ ਰੁਸਾਇਆ ਕਿ ਕਿਸੇ ਦੇ ਨਾਲ ਪੈ ਗਿਆ ਦੁੰਦਾ ਇੰਨਾ ਥਾਕਦਾ ਬੋਲ ਖਾਂ ਸੱਚ ਮੈਂ ਇੱਥੇ ਤੂੰ ਹੈ ਕਿਹੜੇ ਦੁੱਖ ਫਕੀਰ ਹੁੰਦਾ ਇਹ ਜਗ ਮਕਾਮ ਫਨਾ ਦਾ ਹੈ ਪੂੰਚੀਆਂ ਫੱਬ ਰਹੀਆਂ ਕੰਨੀ ਛਣਕਦੇ ਸੋਹਣੇ ਬੁੰਦੜੇ ਨੇ ਮਜਪਟ ਦੀਆਂ ਲੂੰਗੀਆਂ ਘਿੰਨ ਉੱਤੇ ਸਿਰ ਭਿੰਨੇ ਫੁਲੇਲ ਦੇ ਜੁੰਦੜੇ ਨੇ ਸਿਰ ਪੂਛ ਕੇ ਬਾਰੀਆਂ ਦਾਰ ਛੱਲੇ ਕੱਜਲ ਭਿੰਨੇ ਨੈਣ ਲਚੁੰਦੜੇ ਨੇ ਮਾਪਿਓ ਦਿਓ ਤੁਸਾਂ ਜੇ ਫਕੀਰ ਕਿਉਂ ਹੁੰਦੜੇ ਨੇ ਜੋਗੀ ਛੱਡ ਜਹਾਨ ਫਕੀਰ ਹੋਏ ਇਸ ਜਗ ਵਿੱਚ ਬਹੁਤ ਖਵਾਰੀਆਂ ਨੇ ਕਠਿਨ ਹੈ ਜੋਗ ਕਮਾ ਬਣਾਵੋ ਤੁਸਾਂ
ਪੁੱਛਣਾ ਜੋਗ ਤਾਂ ਕਰੋ ਕਿਰਪਾ ਦਾਨ ਕਰਦਿਆ ਦਿਲ ਨਾ ਲੋੜੀਏ ਜੀ ਜਿਹੜਾ ਆਸ ਕਰਕੇ ਡਿੱਗੇ ਆਮ ਦੁਆਰੇ ਜੀਉ ਉਸ ਦਾ ਚਾ ਨਾ ਤੋੜੀਏ ਜੀ ਨਾਥ ਖੋਲ ਅੱਖੀ ਕਿਹਾ ਰਾਂਝਣੇ ਬੱਚਾ ਜਾ ਤੇਰਾ ਕੰਮ ਹੋਇਆ ਏ ਫੁੱਲਾਂ ਲੱਗਾ ਠੱਗ ਮਾਰ ਦੇ ਗੁੱਜੇ
Hold,
सुट जाए फिर किसे दा दसना भला नहीं भावे पुछ के लोग अना खुट जाए Yeah.
खोरिए नहीं कोई वड्डी तकसीर है सदका हुसन दा बख्श ले गोरिए घरों सिरों सो फकर नु खैर दीजे नहीं तुरत जवाब दे तोरिए नहीं इस घुंड विच बहुत खराबियां ने अग लाई के घुंड नू साड़िए इस घुंड विच बहुत खराबियां ने अग लाई के घुंड नू साड़िए घुंड हुसन दियाब छुपा लेंदा वड्डे घुंड वाली रड़े मारिए नी इस घुंड विच बहुत खराबियां ने अग लाई के घुंड नू साड़िए घुंड आशिक ने बेड़े डोब देंदा घुंड आशिक ने बेड़े डोब देंदा नैना ताड़ के पिंजरे तारिए नी इस घुंड विच बात खराबियां ने अग लाई के तदोए जहान सब नजर आवे तदोए जहान सब नजर आवे जदों घुंड नो जरा उतारी
ਤਦੋਂ ਇਹ ਜਹਾਨ ਸਭ ਨਜ਼ਰ ਆਵੇ ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ। ਘੁੰਡ ਬੜੇ ਬੜੇ ਘੁੰਡ ਲਾਉਣ ਵਾਲੇ ਨੇ।